ਜੰਡਿਆਲਾ ਗੁਰੂ ਵਿਖੇ ਸਾਰੀਆਂ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਨਸ਼ੇ ਦੇ ਕਾਰੋਬਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਗੋਰਖ ਧੰਦੇ ਨੂੰ ਬੰਦ ਕਰ ਦੇਣ, ਨਹੀਂ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਸਤਿਕਾਰ ਕਮੇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਬ੍ਰਾਹਮਣ ਪ੍ਰਤੀਨਿਧ ਸਭਾ ਦੇ ਖਾਸ ਵਿਅਕਤੀ ਮੌਜੂਦ ਸਨ। ਇਸ ਮੰਚ ਤੋਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ, ਜਿਹੜਾ ਨਸ਼ਾ ਤਸਕਰੀ ਕਰਦੇ ਆ ਕਿ ਉਹ ਇਸ ਗੱਲ ਤੋਂ ਬਾਜ਼ ਆ ਜਾਣ। ਇਸ ਨਸ਼ਾ ਸੰਘਰਸ਼ ਕਮੇਟੀ ਦੇ ਵਿੱਚ ਪੂਰੀਆਂ ਧਰਮ ਪੂਰੀਆਂ ਜਿਹੜੀਆਂ ਸਮਾਜਿਕ ਪਾਰਟੀਆਂ ਜਿਹੜੀਆਂ ਉਹ ਸਾਰੀਆਂ ਅਰਦਾਸ ਬੇਨਤੀ ਕਰਕੇ ਮਾਲਵੇ ਕਰਨਾ ਤੁਰੀਆਂ ਕਿ ਜੇ ਇਸ ਕੇਸ ਦੇ ਵਿੱਚ ਕਿਸੇ ਨੂੰ ਬੰਦੇ ਨੂੰ ਸ਼ਹੀਦੀ ਵੀ ਦੇਣੀ ਪਊਗੀ, ਸ਼ਹੀਦੀ ਦੇਣ ਲਈ ਵੀ ਤਿਆਰ ਹਾਂ, ਸਭ ਕੁਛ ਕਰਨ ਲਈ ਤਿਆਰ ਹਾਂ। ਅਤੇ ਇਸ ਕਰਕੇ ਉਹ ਆਪਣੇ ਕਰਮਾਂ ਉਹਨਾਂ ਤੋਂ ਜਿਹੜੇ ਮਾੜੇ ਕਰਮਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਸੰਘਰਸ਼ ਕਮੇਟੀ ਕੋਈ ਵੀ ਰਾਹ ਅਪਣਾ ਸਕਦੀ ਆ। ਅਗਲਾ ਕਦਮ ਇਹ ਹੋਊਗਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ, ਜੇ ਪ੍ਰਸ਼ਾਸਨ ਤੋਂ ਵੀ ਇਹ ਗੱਲਬਾਤ ਨਹੀਂ ਬਣਦੀ ਤਾਂ ਫਿਰ ਇਹ ਸੰਘਰਸ਼ ਕਮੇਟੀ ਆਪ ਡਾਂਗਾ ਚੁੱਕੂਗੀ, ਆਪ ਸਭ ਕੁਛ ਕਰੂਗੀ। ਅਸੀਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਹਰ ਉਹ ਉਪਰਾਲਾ ਕਰਾਂਗੇ ਜਿਹੜਾ ਕਿ ਸਾਨੂੰ ਕਰਨਾ ਚਾਹੀਦਾ, ਅਤੇ ਇਸ ਵਿੱਚ ਸਾਡਾ ਜਿਹੜਾ ਸਾਰਿਆਂ ਚੰਡਿਆਲਾ ਗੁਰੂ ਸਾਥ ਦੇਣ, ਵੱਧ ਤੋਂ ਵੱਧ ਸਾਥ ਦੇਣ ਵੱਲੋਂ, ਕਿਉਂਕਿ ਹੁਣ ਬਹੁਤ ਹੀ ਅੱਤ ਹੋ ਗਈ ਆ। ਅੱਤ ਤਾਂ ਖੁਦਾ ਦਾ ਕਹਿੰਦੇ ਨੇ ਵੈਰ ਹੁੰਦਾ ਹੈ, ਹੁਣ ਇਹ ਮਤਲਬ ਖੁਦਾ ਤੋਂ ਵੀ ਵੱਡੇ ਹੋ ਗਏ ਜਿਹੜੇ ਇਸ ਨਸ਼ੇ ਦੇ ਸੱਗ ਆ। ਸਾਡੀ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਜੇ ਤੁਸੀਂ ਹੁਣ ਸਾਡੀ ਪ੍ਰੇਮ ਨਾਲ ਇਹਨੂੰ ਖਤਮ ਕਰ ਦਿਓਗੇ, ਇਹਨੂੰ ਛੱਡ ਦਿਓ, ਕੋਈ ਜੁਲਮ ਪਿੱਛੇ ਕਰ ਲਿਆ ਗੱਲ ਕੋਈ ਨਹੀਂ, ਗਾਂਹ ਤੋਂ ਸਿੱਧੇ ਹੋ ਕੇ ਚੱਲ ਜਾਓ, ਆਪਣੇ ਪਰਿਵਾਰ ਨੂੰ ਪਾਲੋ, ਜਿਹੜੇ ਗੁਆਂਢੀ ਦਾ ਪਰਿਵਾਰ ਉਹਨੂੰ ਵੀ ਪਾਲਣ ਦਿਓ। ਜੇ ਤੁਸੀਂ ਸੋਚਣਾ ਕਿ ਜੇ ਗੁਆਂਢੀ ਦਾ ਪਰਿਵਾਰ ਬਰਬਾਦ ਹੋ ਗਿਆ ਤਾਂ ਤੁਹਾਡਾ ਪਰਿਵਾਰ ਪਹਿਲਾਂ ਬਰਬਾਦ ਹੋ ਜਾਏਗਾ। ਇਸ ਲਈ ਸਾਰਿਆਂ ਨੂੰ ਮੇਰੀ ਦਸ਼ਾ ਦਸਕਾਂ ਨੂੰ ਬੇਨਤੀ ਹੈ ਕਿ ਹੁਣ ਸਿੱਧੇ ਹੋ ਕੇ ਚੱਲ ਪਓ, ਅਤੇ ਅਸੀਂ ਇੱਕ ਅਰਦਾਸ ਕਰਕੇ ਸਾਡੀ ਸੰਘਰਸ਼ ਕਮੇਟੀ ਤੁਰ ਰਹੀ ਹੈ ਕਿ ਸਾਨੂੰ ਕਿਤੇ ਵੀ ਤੱਕ ਨਸ਼ਾ ਛਡਾਉਣ ਲਈ ਜਾਣਾ ਪਵੇ ਜਾਵਾਂਗੇ। ਹਾਂ, ਜੇ ਕੋਈ ਫੜਿਆ ਜਾਂਦਾ ਵਾ ਤਾਂ ਅਸੀਂ ਮਤਲਬ ਇਹ ਸਲਾਹ ਕੀਤੀ ਆ ਕਿ ਜੇ ਉਹਦਾ ਕੋਈ ਕੌਂਸਲਰ ਜਾਂ ਕੋਈ ਸਿਆਸੀ ਲੀਡਰ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਦੀ ਮਦਦ ਕਰਦਾ ਵਾ ਤਾਂ ਅਸੀਂ ਉਹਦੇ ਵੀ ਜਾ ਕੇ ਦਰੀਆਂ ਵਿਛਾ ਕੇ ਬੂਹੇ 'ਚ ਬਹਿ ਜਾਂਗੇ। ਜਿੰਨਾ ਚਿਰ ਉਹਦੀ ਗਲਤੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਆ ਉਹਦੀ ਵਰਦੀ ਨਹੀਂ ਲੱਗਦੀ ਜਾਂ ਕੌਂਸਲਰ ਆਪਣੇ ਉਹਦੇ ਤੋਂ ਅਸਤੀਫਾ ਲੈਂਦਾ, ਉਹਨਾਂ ਚਿਰ ਸੰਘਰਸ਼ ਗਵਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਨਸ਼ਿਆਂ ਇੱਕ ਚੇਤਨਾ ਮਾਰਚ ਕਹਿ ਲਓ ਜਾਂ ਇੱਕ ਚੇਤਾਵਨੀ ਮਾਰਚ ਕਹਿ ਲਓ, ਇਹ ਜੰਡਿਆਲਾ ਗੁਰੂ ਦੇ ਸਾਰੇ ਹੀ ਜਾਗਰੂਕ ਲੋਕਾਂ ਦੇ ਵੱਲੋਂ ਇਕੱਤਰ ਹੋ ਕੇ ਕੱਢਿਆ ਜਾ ਰਿਹਾ ਹੈ। ਇਹਦੇ ਵਿੱਚ ਅਸੀਂ ਜਿਹੜੇ ਨਸ਼ੇ ਦੇ ਪੀੜਤ ਨੇ ਲੋਕ ਮਰੀਜ਼, ਉਹਨਾਂ ਨੂੰ ਅਸੀਂ ਸੁਝਾਅ ਦੇ ਰਹੇ ਹਾਂ ਕਿ ਉਹ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ, ਅਤੇ ਜਿਹੜੀ ਸੰਘਰਸ਼ ਕਮੇਟੀ ਜੰਡਿਆਲੇ ਦੇ ਵਿੱਚ ਬਣੀ ਹੈ 15 ਮੈਂਬਰੀ, ਇਹ ਉਹਨਾਂ ਦੀ ਮਦਦ ਕਰੇਗੀ, ਉਹਨਾਂ ਦਾ ਇਲਾਜ ਕਰਾਵੇਗੀ, ਜੇ ਉਹਨਾਂ ਨੂੰ ਖਰਚੇ ਦੀ ਲੋੜ ਪਵੇਗੀ ਉਹਨਾਂ ਦਾ ਖਰਚਾ ਸੰਘਰਸ਼ ਕਮੇਟੀ ਵੱਲੋਂ ਸਾਰੇ ਜੰਡਿਆਲੇ ਦੀ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਚੇਤਾਵਨੀ ਵੀ ਨਾਲ ਦਿੱਤੀ ਜਾ ਰਹੀ ਹੈ ਕਿ ਉਹ ਇਹ ਕੰਮ ਛੱਡ ਦੇਣ ਤਾਂ ਕਿ ਉਹ ਹੋਰ ਕੋਈ ਕੰਮ ਕਰ ਲੈਣ ਅਤੇ ਨਸ਼ੇ ਦੀ ਤਸਕਰੀ ਜਿਹੜੀ ਉਹ ਬੰਦ ਕਰ ਦੇਣ। ਸੋ ਇਸੇ ਹੀ ਸੁਨੇਹੇ ਨੂੰ ਦੇਣ ਵਾਸਤੇ ਇਹ ਸਾਡੇ ਸਾਰੇ ਨੌਜਵਾਨ ਜਿਹੜੇ ਸਾਡੇ ਸ਼ਹਿਰ ਦੇ ਉਹ ਇਕੱਤਰ ਹੋ ਕੇ ਇੱਕ ਸੁਨੇਹਾ ਜਿਹੜਾ ਹੈ ਉਹ ਸਾਰੇ ਸ਼ਹਿਰ ਨੂੰ ਦੇਣ ਵਾਸਤੇ ਨਿਕਲੇ ਹੋਏ ਹਾਂ। ਅਸੀਂ ਸਾਰਿਆਂ ਦਾ ਹੀ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ, ਜਿੱਥੇ ਪ੍ਰਸ਼ਾਸਨ ਨੂੰ ਲੋੜ ਆ ਸਾਡੀ, ਅਸੀਂ ਪ੍ਰਸ਼ਾਸਨ ਦੇ ਨਾਲ ਹਾਂ, ਪਰ ਜਿੱਥੇ ਸਾਨੂੰ ਪ੍ਰਸ਼ਾਸਨ ਦੇ ਖਿਲਾਫ਼ ਖਲੋਣਾ ਪਿਆ ਅਸੀਂ ਖਲੋਵਾਂਗੇ, ਚੌਂਕੀਆਂ ਥਾਣੇ ਦੇ ਅੱਗੇ ਵੀ ਧਰਨੇ ਦੇਵਾਂਗੇ, ਸਾਨੂੰ ਮੁਰਦਾਬਾਦ ਕਰਨੀ ਪਈ ਉਹ ਵੀ ਕਰਾਂਗੇ, ਜੇ ਸਾਨੂੰ ਜੇਲ੍ਹ 'ਚ ਵੀ ਰਹਿਣਾ ਪਿਆ ਤਾਂ ਜੇਲ੍ਹ 'ਚ ਵੀ ਰਹਾਂਗੇ, ਪਰ ਅਸੀਂ ਨੌਜਵਾਨ ਮਰਨ ਨਹੀਂ ਦੇਣੇ। ਪਬਲਿਕ ਜਾਗਦੀ ਆ, ਸਾਰੇ ਹੀ ਜਿੰਨੇ ਵੀ ਸਾਥੀ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ, ਇਹਦੇ ਵਿੱਚ ਕੋਈ ਅਕਾਲੀ, ਕੋਈ ਕਾਂਗਰਸੀ, ਕੋਈ ਬੀਜੇਪੀ, ਕੋਈ ਆਮ ਆਦਮੀ ਪਾਰਟੀ ਵਾਲਾ ਨਹੀਂ, ਇਹ ਆਮ ਪਬਲਿਕ ਹੈ ਸ਼ਾਇਦ। ਔਰ ਜਦੋਂ ਪਬਲਿਕ ਜਾਗਦੀ ਆ ਉਦੋਂ ਪ੍ਰਸ਼ਾਸਨ ਨੂੰ ਉਸ ਗੱਲ ਉਸ 'ਤੇ ਧਿਆਨ ਦੇਣਾ ਪੈਣਾ ਔਰ ਦੇਣਾ ਚਾਹੀਦਾ। ਜੇ ਪ੍ਰਸ਼ਾਸਨ ਧਿਆਨ ਨਹੀਂ ਦਿੰਦੀ ਤਾਂ ਪ੍ਰਸ਼ਾਸਨ ਨੂੰ ਵੀ ਸਖ਼ਤ ਚੇਤਾਵਨੀ ਆ ਕਿ ਫਿਰ ਸਾਨੂੰ ਉਹਨਾਂ ਦਾ ਬੁਲੰਦੂਆ ਮੰਨਣਾ ਪਊਗਾ। ਕਿਸੇ ਵੀ ਪਾਰਟੀ ਨਾਲ ਅਟੈਚ ਹੋਣ ਜੀ, ਜਿਹੜਾ ਬੰਦਾ ਨਸ਼ਾ ਵੇਚਦਾ ਉਹ ਨਾ ਤਾਂ ਕਿਸੇ ਧਰਮ ਦਾ ਹੁੰਦਾ ਨਾ ਕਿਸੇ ਪਾਰਟੀ ਦਾ ਹੁੰਦਾ ਵਾ, ਉਹ ਸਿਰਫ ਕ੍ਰਿਮੀਨਲ ਆ ਅਤੇ ਕ੍ਰਿਮੀਨਲ ਨੇ ਆਪਣਾ ਕੰਮ ਕਰਨਾ ਸਿਰਫ ਪੈਸਿਆਂ ਵਾਸਤੇ, ਇਹ ਲੋਕ ਕੁਛ ਕੰਮ ਕਰਦੇ ਉਹ ਸਿਰਫ ਪਾਰਟੀ ਦਾ ਨਾਮ ਬਦਨਾਮ ਕਰਦੇ ਆ। ਮੈਂ ਇਹ ਸਮਝਦਾ ਕਿ ਪਾਰਟੀ ਕਿਸੇ ਦਾ ਵੀ ਹੋਵੇ ਚਾਹੇ ਕੋਈ ਵੀ ਹੋਵੇ, ਜਿਹੜਾ ਨਸ਼ੇ ਦਾ ਤਸਕਰ ਆ ਉਹਨੂੰ ਰੱਜ ਕੇ ਠੋਕਣਾ ਚਾਹੀਦਾ ਵਾ, ਪ੍ਰਸ਼ਾਸਨ ਨੂੰ ਵੀ, ਔਰ ਜਿਹੜੀ ਸਾਡੀ ਸੰਘਰਸ਼ ਕਮੇਟੀ ਆ ਉਹ ਵੀ ਰਲ ਕੇ ਪੂਰਾ ਠੋਕੂਗੀ।